ਵਿੱਤ ਦਿਨੀ ਸੁਦਾਰਦੀ ਦਾਣਾ ਮੰਡੀ ਵਿੱਚ ਸੰਗਤ ਦਰਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡ ਹੀਰਾ ਦੀ ਪੰਚਾਇਤ ਨੂੰ 15 ਲੱਖ ਦੀ ਗ੍ਰਾਂਟ ਦਸ਼ਮੇਸ਼ ਸਟੇਡੀਅਮ ਲਈ ਦਿੱਤੀ ਗਈ ਸੀ ਜਿਸ ਦੇ ਨੀਂਹ ਪੱਥਰ ਦਾ ਉਦਘਾਟਨ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੀਤਾ ਇਸ ਮੌਕੇ ਤੇ ਇੰਦਰ ਇਕਬਾਲ ਸਿੰਘ ਅਟਵਾਲ ਨੇ ਬੋਲਦਿਆਂ ਹੋਇਆ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਤਿੱਖੇ ਵਾਰ ਕੀਤੇ ਨੇ ਉਨਾ ਆਮ ਆਦਮੀ ਪਾਰਟੀ ਬਾਰੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਲੁੱਟਣ ਵਾਲੀ ਪਾਰਟੀ ਹੈ ਜਿਸ ਤੋਂ ਹੁਣ ਲੋਕ ਭਲੀ ਭਾਂਤੀ ਜਾਣੂ ਹੋ ਚੁੱਕੇ ਨੇ ਦੂਜੇ ਪਾਸੇ ਉਹਨਾਂ ਨੇ ਪਾਣੀਆਂ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪਾਣੀਆਂ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਸ ਲਈ ਕੋਈ ਵੀ ਕੁਰਬਾਨੀ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਦੇਣੀ ਪਈ ਉਹ ਕਦੇ ਵੀ ਉਸ ਤੋਂ ਪਿੱਛੇ ਨਹੀਂ ਹਟਣਗੇ ਰਾਏਕੋਟ ਅਸੈਂਬਲੀ ਹਲਕੇ ਦੇ ਅੱਜ ਸਵੇਰ ਤੋਂ ਹੀ ਜਿਹੜਾ ਸੁਧਾਰ ਬਲਾਕ ਹੈ ਉਹਦੇ ਵਿੱਚ ਪਿਛਲੇ 4-5 ਪਿੰਡਾਂ ਦੇ ਵਿੱਚ ਅੱਜ ਨੀ ਪੱਥਰ ਦਾ ਪ੍ਰੋਗਰਾਮ ਕੀਤਾ ਗਿਆ ਔਰ ਤਿੰਨ ਪਿੰਡ ਅੱਜ ਦੇ ਸੁਧਾਰ ਬਲਾਕ ਦੇ ਹੋਰ ਕਰਕੇ 18 ਪਿੰਡ ਜਿਹੜੇ ਹੈ ਉਹ ਰਾਇਕੋਟ ਬਲਾਕ ਦੇ ਅੱਜ ਸ਼ਾਮ ਤੱਕ ਅਸੀਂ ਮੁਕੰਮਲ ਕਰਨੇ ਹਨ ਔਰ ਇਹ ਸਾਰੇ ਵਿਕਾਸ ਦੇ ਜਿਹੜੇ ਕੰਮ ਹੈ ਉਹ ਸਾਰੇ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪਿਛਲੇ ਸਮੇਂ ਸੰਗਤ ਦਰਸ਼ਨ ਦੇ ਵਿੱਚ ਆ ਕੇ ਇਸ ਪਿੰਡਾਂ ਨੂੰ ਬਹੁਤ ਵੱਡੀ ਗਰਾਂਟਾ ਦੇ ਗੱਫੇ ਦੇ ਕੇ ਨਵਾਜਿਆ ਹੈ ਅੱਜ ਪਿੰਡਾਂ ਵਾਲਿਆਂ ਚ ਪੂਰੇ ਉਤਸ਼ਾਹ ਦੇ ਨਾਲ ਨੀ ਪੱਥਰ ਖਾਏ ਜਾ ਰਹੇ ਹੈ ਔਰ ਪਿੰਡਾਂ ਦੀਆਂ ਸਬੂ ਪੰਚਾਇਤਾਂ ਬੜੇ ਹਰਸ਼ੋ ਹੁਲਾਸ ਦੇ ਨਾਲ ਇਹਨਾਂ ਨੀ ਪੱਥਰ ਨੂੰ ਰਖਾ ਕੇ ਕੰਮ ਕਰ ਆਪਣੀ ਸ਼ੁਰੂ ਕਰ ਰਹੀਆਂ ਹੈ ਔਰ ਲੋਕਾਂ ਦੇ ਵਿੱਚ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸ਼ਰਮਣੀ ਕਾਲੀ ਦਲ ਭਾਜਪਾ ਦੀ ਸਰਕਾਰ ਨੇ ਇੰਨੀ ਵੱਡੀ ਤਦਾਦ ਦੇ ਵਿੱਚ ਪਹਿਲੀ ਵਾਰ ਇਸ ਹਲਕੇ ਨੂੰ ਮਾਣ ਦਿੱਤਾ ਹੈ ਔਰ ਇੱਥੋਂ ਦੀ ਡਿਵੈਲਪਮੈਂਟ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਔਰ ਮੈਂ ਸਮਝਦਾ ਕਿ ਇਸ ਲਾਗ ਕੇ ਚਾਲੇ ਹੋਰ ਵੀ ਬਹੁਤ ਕਮ ਹੋਣ ਵਾਲਾ ਹੈ ਔਰ ਪ੍ਰਮਾਤਮਾ ਕਰੇ ਆਉਂਦੇ ਸਮੇਂ ਦੇ ਵਿੱਚ ਇਸ ਇਤਿਹਾਸਿਕ ਧਰਤੀ ਦੇ ਲੋਕਾਂ ਨੇ ਜਿੱਥੇ ਫੈਸਲਾ ਵਧੀਆ ਕਰਨਾ ਹੈ ਉਥੇ ਦਾਸ ਨੂੰ ਸੇਵਾ ਬਖਸ਼ਣਗੇ ਤਾਂ ਕਿ ਇਸ ਇਲਾਕੇ 'ਚ ਅਸੀਂ ਹੋਰ ਵਿਉਂਤਮਨ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਅਸੀਂ ਇਸ ਹਲਕੇ ਦੇ ਵਿੱਚ ਸੇਵਾ ਕਰ ਸਕੀਏ ਤੇ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਐਦ ਕੀ ਰਾਏਕੋਟ ਹਲਕੇ ਦੀ ਤਕਦੀਰ ਦਾ ਫੈਸਲਾ ਦਾਸ ਨੂੰ ਸੇਵਾ ਕਰਨ ਦਾ ਮੌਕਾ ਬਖਸ਼ਣਗੇ ਤੇ ਇਤੋਂ ਵਧੀਆ ਸੀ ਕੰਮ ਕਰ ਹੋਰ ਕਰਨ ਦੀ ਕੋਸ਼ਿਸ਼ ਕਰਾਂਗਾ ਸਮਝਦਾ ਕਿ ਇਹ ਉਹਨਾਂ ਦਾ ਪਰਿਵਾਰਕ ਕੋਈ ਮਸਲਾ ਕੋਈ ਫੈਸਲਾ ਹੋ ਸਕਦਾ ਜਿੱਦੇ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਟਿਕਟ ਦੀ ਰੱਦੋ ਬਦਲ ਕੀਤੀ ਗਈ ਹੈ ਪਰ ਮੈਨੂੰ ਇੰਨੀ ਗੱਲ ਦਾ ਦੁੱਖ ਜ਼ਰੂਰ ਹੈ ਕਿ ਸਾਡੇ ਮਾਨਯੋਗ ਐਮਐਲਏ ਸਾਹਿਬ ਜੋ ਕਿ ਕਾਂਗਰਸ ਪਾਰਟੀ ਦੇ ਸਨ ਉਹਨਾਂ ਨੂੰ ਇਸ ਹਲਕੇ ਦੇ ਲੋਕਾਂ ਨੇ ਬੜਾ ਮਾਣ ਤੇ ਸਤਿਕਾਰ ਦਿੱਤਾ ਆਪਣਾ ਨੁਮਾਇੰਦਾ ਚੁਣਿਆ ਉਹਨਾਂ ਨੂੰ ਐਮਐਲਏ ਬਣਾਇਆ ਲੇਕਿਨ ਮੈਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਉਹਨਾਂ ਨੇ ਵਿਰੋਧੀ ਧਿਰ ਦਾ ਐਮਐਲਏ ਹੋਣ ਦੇ ਬਾਵਜੂਦ ਵੀ ਜੋ ਉਹਨਾਂ ਦਾ ਫਰਜ਼ ਬੰਦਾ ਸੀ ਉਹਨਾਂ ਨੇ ਅਦਾ ਨਹੀਂ ਕੀਤਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕੋਈ ਸੇਵਾ ਐਸੀ ਨਹੀਂ ਨਿਭਾਈ ਜੇ ਇਲਾਕੇ ਦੇ ਸੰਗਤ ਦੇ ਲੋਕਾਂ ਦੇ ਮਸਲਿਆਂ ਨੂੰ ਸਹੀ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਉਠਾਉਂਦੇ ਜੇ ਮਸਲਿਆਂ ਦੀ ਗੱਲ ਕਰਦੇ ਤਾਂ ਇਸ ਇਲਾਕੇ ਦੀ ਡਿਵੈਲਪਮੈਂਟ ਦੇ ਵਿੱਚ ਜੇ ਚਾਹੁੰਦੇ ਤਾਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਸੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਜੀ ਉਹ ਤਾਂ ਇੱਕ ਲੁੱਟਣ ਵਾਲੀ ਪਾਰਟੀ ਹੈ ਲੋਕਾਂ ਨੂੰ ਧੋਖਾ ਦੇਣ ਵਾਲੀ ਪਾਰਟੀ ਹੈ ਔਰ ਉਹ ਮੈਂ ਨਹੀਂ ਕਹਿ ਰਿਹਾ ਜਿਹੜੀ ਉਹਨਾਂ ਦੀ ਪਾਰਟੀ ਦੇ ਔਰ ਉਹਨਾਂ ਦੇ ਪਾਰਟੀ ਦੇ ਵਿੱਚ ਹਿੱਸੇ ਚਾਰ ਪਾਰਟੀਆਂ ਚ ਹੋ ਚੁੱਕੇ ਹੈ ਤੇ ਉਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਪਾਣੀਆਂ ਦੇ ਮਸਲੇ ਦੇ ਵਿੱਚ ਕਿੰਨਾ ਵੱਡਾ ਧੋਖਾ ਦਿੱਤਾ ਹੈ ਮੁੱਖ ਮੰਤਰੀ ਕੇਜਰੀਵਾਲ ਨੇ ਜੋ ਬਿਆਨ ਦਿੱਤਾ ਹੈ ਕਿ ਇਹ ਜਿਹੜਾ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਪਾਣੀਆਂ ਦੇ ਉੱਪਰ ਦਿੱਲੀ ਦੇ ਲੋਕਾਂ ਦਾ ਤੇ ਦੇਸ਼ ਦੇ ਸਾਰੇ ਲੋਕਾਂ ਦਾ ਹੱਕ ਹੈ ਇਥੋਂ ਇਹ ਸਾਬਤ ਹੁੰਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਾਣੀਆਂ ਦੇ ਨਾਲ ਤੇ ਪੰਜਾਬ ਦੀ ਧਰਤੀ ਦੇ ਨਾਲ ਉਹ ਸੰਜੀਦਾ ਨਹੀਂ ਉਹ ਦੁਨੀਆ ਦੇ ਵਿੱਚ ਦਿੱਲੀ ਦੇ ਵਿੱਚ ਤੇ ਹੋਰ ਬਾਕੀ ਸੂਬਿਆਂ ਨੂੰ ਹਰਿਆਣੇ ਨੂੰ ਵੀ ਉਸੇ ਨਜ਼ਰ ਨਾਲ ਵੇਖਦੇ ਆ ਦਿੱਲੀ ਨੂੰ ਵੀ ਉਸੇ ਨਜ਼ਰ ਨਾਲ ਵੇਖਦੇ ਆ ਅਸੀਂ ਇਹ ਚਾਹੁੰਦੇ ਆ ਕਿ ਹਰ ਸੂਬੇ ਨੂੰ ਆਪਣੇ ਅਧਿਕਾਰ ਵੱਧ ਅਧਿਕਾਰ ਮਿਲਨੇ ਚਾਹੀਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਹੀ ਇਸ ਗੱਲ ਤੇ ਪਹਿਰਾ ਰਿਆ ਹੈ ਤੇ ਅਸੀਂ ਇਸ ਗੱਲ ਤੇ ਅੱਜ ਵੀ ਖੜੇ ਆ ਕਿ ਸਾਡੇ ਪੰਜਾਬ ਦੇ ਪਾਣੀਆਂ ਦਾ ਹੱਕ ਤੇ ਸਾਡੇ ਪੰਜਾਬ ਦੇ ਪਾਣੀ ਦੇ ਜ਼ਮੀਨ ਦਾ ਜਿਹੜਾ ਹੱਕ ਹੈ ਕੇਵਲ ਤਾਂ ਕੇਵਲ ਉੱਚ ਸਿਰਫ ਤੇ ਸਿਰਫ ਪੰਜਾਬੀਆਂ ਦਾ ਹੀ ਹੱਕ ਹੈ ਹੋਰ ਕਿਸੇ ਦਾ ਕੋਈ ਹੱਕ ਨਹੀਂ ਹੈ ਔਰ ਇਹਦੀ ਬਾਬਤ ਸਾਨੂੰ ਇਲੈਕਸ਼ਨ ਤਾਂ ਦੂਰ ਦੀ ਗੱਲ ਇਹ ਐਮਐਲਏ ਐਮਪੀ ਦੀਆਂ ਵੋਟਾਂ ਦਾ ਦੂਰ ਦੀ ਗੱਲ ਜੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਬਲੀਦਾਨ ਦੇਣ ਦੀ ਲੋੜ ਪਈ ਸਮੂਹ ਪੰਜਾਬੀ ਇਸ ਗੱਲ 'ਚ ਪਿੱਛੇ ਨਹੀਂ ਹਟਣਗੇ ਤੇ ਸ਼੍ਰੋਮਣੀ ਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਇਸ ਗੱਲ 'ਚ ਪਿੱਛੇ ਨਹੀਂ ਹਟੇਗਾ ਅਸੀਂ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਦੇ ਧਰਤੀ ਦਾ ਹੱਕ ਤੇ ਪੰਜਾਬ ਤੇ ਰਹਿਣ ਵਾਲੇ ਜਿਹੜੇ ਵਾਰਿਸ ਹੈ ਉਹਨਾਂ ਦੇ ਹੱਕਾਂ ਨੂੰ ਕਦੇ ਕੋਈ ਛੇੜਛਾੜ ਕਰੇ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਇੰਦਰ ਇਕਬਾਲ ਸਿੰਘ ạtਵਾਲ ਵੱਲੋਂ ਹਲਕੇ ਦੇ ਵਖਵਖ ਪਿੰਡਾਂ ਵਿੱਚ ਵਖਵਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਨੇ ਸੁਧਾਰ ਤੋਂ ਜਸਵੀਰ ਹੀਰਾ ਦੇ ਨਾਲ ਸਨੀ ਸੂਜਾਪੁਰ ਪਹਿਰੇ ਦਾ ਟੀਵੀ